ਜਗੜੇ ਹੋ ਜਾ ਅੱਜ ਬਣਿਆ
ਅਸਮਾਨਾਂ ਦੀ ਡਿੱਗਦੇ ਤਾਰੇ ਤਾਰੇ ਉਹ ਚੰਨ ਡਿੱਗੇ ਟੁੱਟ ਵੇੜੇ ਉਹ ਚੰਨ ਡਿੱਗੇ ਟੁੱਟ ਵੇੜੇ ਉਹ ਜਾਂ ਅਜਬਾਨੀਆਂ ਸਰਕਾਰ ਬਾਬਾ ਪੀ ਅਹਿਮਦ ਸ਼ਾਹ ਮਾਸਟਰ ਅਮਰ ਫਰਮਾਨੇ ਯਾ ਰਸੂਲ ਅੱਲਾਹ ਖਾਕ ਮਾਈ ਮਾਈ ਸੁਰਮਾ ਕਰ ਸਨ ਤਨ ਸਭ ਹਾਜ਼ਰ ਕਰ ਸਨ ਤਨ ਮਨ ਤਨ ਤਨ ਸਭ ਹਾਜ਼ਰ ਕਰ ਸਨ ਜੇ ਸੀਸ ਮੰਗੇ ਤਾ ਨੇੜੇ ਜੇ ਸੀਸ ਮੰਗੇ ਤਾ ਨੇੜੇ ਹੋ ਜਾਵਾ ਜਵਾਨੀਆਂ ਸਾਰੀ ਜ਼ਿੰਦਗੀ ਪੱਕੇ ਤੁਸੀਂ ਫਿਰਦੀਆਂ ਹੀ ਫਿਰਦੀਆਂ ਮੋਟਰਾਂ ਲੱਗੋ ਦੂਸਰੀ ਤਾਰ ਕੀ ਪੌੜੀ ਨਹੀਂ ਸਕੀ ਪੌੜਿਆ ਜਿਹੜੇ ਅੱਲਾ ਨੇ ਦੋਸਤ ਔਰ ਫਿਰ ਅੱਲਾ ਦਾ ਦੋਸਤ ਜਿਹੜਾ ਉਹ ਬਣਿਆ ਜਿਹੜਾ ਮਰ ਗਿਆ ਦੁਨੀਆਂ ਦੇ ਉੱਪਰ ਮਰ ਗਿਆ ਮਰ ਕੇ ਫਿਰ ਜਿੰਦਾ ਹੋਇਆ ਉਸ ਪੁਗੜਿਆ ਤੇ ਫਿਰ ਉਹਨਾਂ ਕਿਹਾ ਗਿਆ ਯਾਰ ਰਸੂਲ ਅੱਲਾ ਆਹਦ ਥੀ ਪਲ ਅਹਿਮਦ ਆਇਆ ਖੇੜਿਆਂ ਨੂੰ ਹੱਥ ਫੇਰ ਨਾ ਆਇਆ ਅਜ਼ਲੂ ਰੱਤੇ ਜਿਹੜੇ ਅਜ਼ਲੂ ਰੱਤੇ ਜਿਹੜੇ ਹੋ ਜਾਵਾ ਜਵਾਨੀਆਂ ਬਸ ਮਾਹੀਆ ਬਣਿਆ ਜਿਹੜਾ ਅੱਜ ਨੇ ਰੋਲੇ ਰੱਪੇ ਵਿੱਚ ਇਹ ਜਿਹੜੇ ਅੱਜ ਕੱਲ੍ਹ ਅਸੀਂ ਤਮਾਮ ਮੁੰਡੇ ਵਿਹਲੇ ਹੋਣੇ ਉਹਨਾਂ ਦੇ ਜਿਹੜੀਆਂ ਨੈਟਾਂ ਉੱਪਰ ਚੱਲ ਰਹੇ ਜੀ ਫਲਾਣੀ ਜਿਹੀ ਮਹਿਫਲ ਹੋਏ ਤੁਸੀਂ ਕਿਹਾ ਹੋਇਆ ਭਾਈ ਇਹ ਸ਼ੇਰਖਾਨੀਆਂ ਮਹਿਫਲ ਇਹ ਜਿੰਨੀਆਂ ਚੀਜ਼ਾਂ ਨਾ ਇਸਨੇ ਉੱਪਰ ਤਰਜ ਨਹੀਂ ਕਰਨਾ ਚਾਹੀਦਾ ਬੰਦਾ ਆਪ ਖਰਾਬ ਹੋ ਇਸਲਾਮ ਅੱਲਾਹ ਤਾਲਾ ਇਤਨਾ ਸੋੜਾ ਕਰੀ ਦਾ ਨਹੀਂ ਦਿੱਤਾ ਕਿ ਬਸ ਹਰ ਵਕਤ ਸਿਰਾਂ ਪਰ ਟੋਪੀ ਟਿੱਗੀ ਨਹੀਂ ਰਹਿ ਮਹਿਫਲ ਜੇਕਰ ਰਾਤੀ ਕਵਾਲੀ ਕਦੇ ਸ਼ੇਰ ਖਾਨ ਸੇ ਤਾਂ ਉਹਨੇ ਵੀ ਉਹੀ ਗੱਲ ਕੀਤੀ ਕਿ ਕਿੱਥੇ ਮੇਰੇ ਮੈਂ ਕੋਈ ਗੱਲ ਕਰਾਂ ਇਸ ਤਰ੍ਹਾਂ ਨਹੀਂ ਸਕਣਾ ਮੀਆਂ ਮੁਹੰਮਦ ਬਖਸ਼ ਸ਼ਰਫੇ ਖੜੀ ਰੱਖੋ ਤੋਂ ਲਾ ਲੈ ਬੜੇ ਇਸ਼ਕ ਰਸੂਲ ਕੀ ਤਕਸੀਮ ਕੀਤਾ ਜਿਸ ਤਰ੍ਹਾਂ ਲੰਗਰ 24 ਘੰਟੇ ਬਣਾ ਸ਼੍ਰੀ ਸਰਕਾਰ ਮੀਆਂ ਸਾਹਿਬ ਸਰਕਾਰ ਫਰਮਾਣੇ ਕਿ ਸਾਰੀ ਉਮਰ
ਓਏ ਬਾਤ ਕਰੀਏ ਸਾਰੀ ਉਮਰ ਇਬਾਦਤ ਉਹ ਕਰੀਏ ਉਹ ਰੱਬ ਕਬੂਲ ਨਹੀਂ ਕਰਦਾ ਆਲ ਨਬੀ ਔਲਾਦ ਅਲੀ ਤੇ ਉਹ ਜਿਹੜਾ ਦਰੂਦ ਨਹੀਂ ਪੜਦਾ ਆਲ ਨਬੀ ਔਲਾਦ ਅਲੀ ਤੇ ਉਹ ਜਿਹੜਾ ਦਰੂਦ ਨਹੀਂ ਪੜਦਾ ਨਮਾਜ਼ ਮੁਕੰਮਲ ਹੀ ਨਹੀਂ ਹੋਈ ਜਦੋਂ ਹਜ਼ੂਰ ਤੱਕ ਨਹੀਂ ਆਲ ਪਰਤ ਦੁਰੂਦੇ ਪਾਕ ਦਾ ਪੜਦਾ ਅੱਲਾਹ ਤਾਲਾ ਜਦੋਂ ਸੱਚੀਆਂ ਗੱਲਾਂ ਸੁਣਾਉਣ ਲੱਗਾ ਤਾਂ ਦੁਸ਼ਮਣਾਂ ਕੋਲੋਂ ਵੀ ਸੁਣਾਉਣ ਲੱਗਾ ਇਹ ਚੀਜ਼ਾਂ ਹੈ ਜਨਾਬ ਨਕੀਬੇ ਮਹਿਫਲ ਨੇ ਗੱਲ ਆਖੀ ਔਰ ਬਿਲਕੁਲ ਗੱਲ ਸੱਚੀ ਆਪਣੇ ਕਦੀਰ ਸਾਹਿਬ ਬਿਲਕੁਲ ਗੱਲ ਇਹ ਹੈ ਕਿ ਮੈਂ ਜਿਤਨੀਆਂ ਮਹਿਫਲਾਂ ਤੱਕ ਰਿਹਾ ਉਸ ਨੂੰ ਇਸਤੀਫਾ ਕਰਨੇ ਸੀ ਕਿ ਪੁਰਾਣੇ ਲੋਕ ਰਹੇ ਹੀ ਕੋਈ ਨਹੀਂ ਰਹੇ ਕੱਲਾ ਜਨਾਬ ਵਿੱਚ ਖੜਤਾ ਹੋਇਆ ਨਿੱਕੇ ਨਿੱਕੇ ਕਿਹਾ ਹੋਗਾ ਅੱਛਾ ਜੀ ਇਹ ਕੰਮ ਕਰੋ ਇਹ ਕੰਮ ਕਰੋ ਇਸਨੇ ਵਾਸਤੇ ਬਿਲਕੁਲ ਆਸ਼ਕੇ ਰਸੂਲ ਬੜੀ ਖੂਬਸੂਰਤ ਗੱਲ ਆਖੀ ਕਿ ਵੇਲਾ ਮੁੜ ਨਹੀਂ ਆਉਣਾ ਨਾ ਏ ਸੰਗਤਾਂ ਪਿਆਰੀਆਂ ਓਏ ਬਸ ਲਾ ਲੋ ਮਦੀਨੇ ਵਾਲੇ ਆਖਾ ਨਾ ਚੰਗਿਆਂ ਲੋਕਾਂ ਕੋਲ ਗਾਵਾਂ ਬਹਿ ਜਾਓ ਤੁਸੀਂ ਉੱਥੇ ਬੈਠੇ ਰਹੋ ਚੰਗਿਆਂ ਲੋਕਾਂ ਕੋਲ ਤਾਂ ਤੁਸਾਂ ਦੀ ਝੋਲੀ ਵਿੱਚ ਫੁੱਲ ਪੈਸੇ ਪੈਸੇ ਮੰਦਿਆਂ ਕੋਲ ਪੈਸਾ ਤਾਂ ਜਿਹੜੇ ਅਗਲੇ ਹੋਏ ਨੇ ਉਹ ਵੀ ਜੁੜੇ ਜਾ ਸਕਦੇ ਬਸ ਚੰਗਿਆਂ ਨੂੰ ਯਾਰ ਬਣਾ ਦੋ ਓਏ ਚੰਗੇ ਕੋਈ ਅਮਨ ਕਮਾ ਲੋ ਚੰਗਿਆਂ ਨੂੰ ਯਾਰ ਬਣਾ ਦੋ
ਕੇ ਮਾਲਿਕ ਨੇ ਪੁੱਛਣਾ ਹੈ, ਮਾਲਿਕ ਨੇ ਪੁੱਛਣਾ ਹੈ ਕਿ ਨੇ ਉਮਰਾਂ ਗਜ਼ਾ ਚਾਹੇ ਉਹ ਤਹਿਰੀਕੇ ਨਫਾਜ਼ ਨਿਜ਼ਾਮੇ ਮੁਸਤਫਾ ਹੈ, ਮਿਰਾਜੁਲ ਕੁਰਾਨ ਹੋਵੇ, ਸੁਲਤਾਨੀਆ ਵੈਲਫੇਅਰ ਸੁਸਾਇਟੀ ਹੈ। ਅੱਛਾ ਜਿਹੜਾ ਮੇਰੀਆ ਹੈ ਜਨਾਬ ਖਾਦਮ ਹੁਸੈਨ ਰਿਜ਼ਵੀ ਸਾਹਿਬ, ਜਿਤਨੀਆਂ ਤਨਜ਼ੀਮਾਂ ਜਿਨ੍ਹਾਂ ਦਾ ਤਰਲਕ ਮਦੀਨੇ ਪਾਕ ਵਾਲੇ ਨੇ ਨਿਜ਼ਾਮ ਦੀ ਤਰਫ ਹੈ, ਆ ਸਾਰੇ ਨੇ ਕਾਇਲ ਆਪਣੇ ਆਪਣੇ ਨਾਂ ਰੱਖੇ ਨੇ। ਉਹ ਇੱਕ ਗੱਲ ਹੋਰ ਕਿ ਅੱਜ ਆ ਤੁਹਾਡੀ ਸਲੋਕ ਟੀਚਰ ਤੱਕ ਹੀ ਕੁਝ ਨਹੀਂ ਬਣੀ ਸਕਦੇ ਆ। ਸਾਈ ਔਰ ਇੱਥੇ ਆਏ ਨਾ, ਸਾਈ ਔਰ ਆਵਾਨ ਨੇ ਨਾ, ਸਾਈ ਔਰ ਸੁਧੁਰ ਨੇ ਤੇ ਨਾ ਸਾਈ ਔਰ ਜਲਾਲ ਨੇ। ਆਖੋ ਸੁਭਾਨ ਅੱਲਾਹ, ਇਹ ਆਵਾਨ ਬਣ, ਇਹ ਆਵਾਨ ਬਣ ਜਾਣਾ, ਇਹ ਸੁਧੁਰ ਬਣੀ ਜਾਣਾ, ਇਹ ਜਲਾਲ ਬਣੀ ਜਾਣਾ, ਇਹ ਕਹਿ ਜਾਈਏ ਹੀ ਹੈ। ਅਗਰ ਤੁਸੀਂ ਮੁਸਲਿਸ ਦੇ ਅੰਦਰ ਕਹਿ ਜਾਈਏ ਇਹ ਕਿਸ ਕੇ ਪਨਾਹ ਵਾਲੇ ਪੀਰ ਆਖਣ ਕਿ ਮੈਂ ਸੈਯਦ ਹਾਂ, ਬਾਈ ਸੈਯਦ ਉਸ ਬਣਾਈ ਛੋੜਿਆ, ਸੈਯਦ ਨੇ ਘਰ ਪੈਦਾ ਕਰੀ ਛੋੜਿਆ, ਜਨਾਲ ਜਨਾਲ ਨੇ ਘਰ ਹੀ ਪੈਦਾ ਹੋਇਆ, ਇੱਕ ਦੂਏ ਨਾਲ ਇਹ ਨਵੀਆਂ ਨਫ਼ਰਤਾਂ ਤੁਸੀਂ ਸ਼ੁਰੂ ਕਰਨੇ ਹੋਣੇ ਹੋ, ਬਿਲਕੁਲ ਨਾ ਕਰਿਆ ਕਰੋ। ਬਸ ਅੱਲਾਹ ਦੇ ਬੰਦੇ ਆਖੋ ਸੁਭਾਨ ਅੱਲਾਹ, ਬਸ ਲੋਕੋ ਰੱਖੋ ਜਿਹੜਾ ਸਾਰੇ ਸਰਕਾਰੇ ਦੋ ਆਲਮ ਨਾ ਮਸਲਕ ਮੁਖਤਲਿਫ ਤਨਜ਼ੀਮਾਂ ਬਣਾਈ ਬਣਾਈ ਜਾਏ, ਮਸਲਕ ਦੀ ਹੈ ਫਲਾਣਾ ਸੋਹਣਾ ਟੇੜਾ ਫਿਰੀ ਆ, ਫਲਾਣੇ ਦੀ ਦਾੜੀ ਛੁੱਟੀ, ਫਲਾਣੇ ਦੀ ਲੰਬੀ, ਇਹ ਗੱਲਾਂ ਨੇ।